ਦੇਵ ਬਰੋਸ ਪ੍ਰੋਫੈਸ਼ਨਲ ਯੂਨੀਸੈਕਸ ਸੈਲੂਨ ਐਂਡ ਅਕੈਡਮੀ ਜੋ ਕਿ ਮੋਗਾ ਵਿਖੇ ਸਥਿਤ ਹੈ। ਇਹ ਸੈਲੂਨ ਆਪਣੇ ਇਲਾਕੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸੇਵਾਵਾਂ ਦੇ ਰਿਹਾ ਹੈ। ਇੱਥੋਂ ਦਾ ਸਟਾਫ ਹਮੇਸ਼ਾ ਹੀ ਕਸਟਮਰਸ ਦੀ ਡਿਮਾਂਡ ਨੂੰ ਮੁੱਖ ਰੱਖਦਾ ਹੈ ਅਤੇ ਸੈਲੂਨ ਵਿਖੇ ਹਰ ਤਰੀਕੇ ਦੀ ਫੈਸਿਲਿਟੀ ਬਹੁਤ ਹੀ ਵਧੀਆ ਅਤੇ ਵਾਜਿਬ ਰੇਟਾਂ 'ਤੇ ਉਪਲਬਧ ਹੈ। ਸਾਡੀ ਪੰਜਾਬ ਪਲੱਸ ਟੀਮ ਨੇ ਦੇਵ ਬਰੋਸ ਪ੍ਰੋਫੈਸ਼ਨਲ ਯੂਨੀਸੈਕਸ ਸੈਲੂਨ ਐਂਡ ਅਕੈਡਮੀ ਦਾ ਵਿਸ਼ੇਸ਼ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਟੀਮ ਵੱਲੋਂ ਇੱਕ ਰਿਪੋਰਟ। सैलून में मोस्टली सारे अच्छे प्रोडक्ट्स हैं, जैसे HD हो गया, एयरब्रश हो गया। HD में हमारे पास सारे इंटरनेशनली ब्रांड्स हैं, जैसे फेंटी हो गया, हुड्डा हो गया और बॉबी ब्राउन हो गया। ऐसे सारे अच्छे प्रोडक्ट्स हम यूज़ करते हैं और हमारे पास एयरब्रश के भी हैं। और जो भी है क्लाइंट की रेफरेंस, जो फॉरनर क्लाइंट है, जो भी उनकी डिमांड होती है उसके अकॉर्डिंग हमारे पास सारे प्रोडक्ट्स अवेलेबल है। और हमारे जितने भी रिव्यूज़ आ रहे हैं क्लाइंट के, वो बहुत अच्छे आ रहे हैं और हमारा काम बहुत अच्छा जा रहा है। मेकअप में जैसे ब्राइडल मेकअप हो गया, एंगेजमेंट मेकअप हो गया, कॉकटेल मेकअप हो गया, रिसेप्शन मेकअप हो गया, रोका मेकअप हो गया, ऑल ओवर जो भी है मेकअप वो हम डील करते हैं। और हमारी ब्यूटी के पर जो भी है प्रोडक्ट्स वो सब अवेलेबल है यहाँ पर। और हमारी सर्विस बहुत अच्छी जा रही है, क्लाइंट के अच्छे रिव्यूज़ आ रहे हैं और बहुत सारा प्यार मिल रहा है। Thank you.
ਦੇਵ ਬ੍ਰਦਰਸ ਦੇ ਸਲੂਨ ਦੇ ਵਿੱਚ ਔਰ ਇੱਥੇ ਜਿਹੜਾ ਇਹਨਾਂ ਦਾ ਅਕੈਡਮੀ ਸੈਕਸ਼ਨ ਹੈਗਾ ਉੱਥੇ ਅਸੀਂ ਗੱਲ ਕਰਨ ਜਾ ਰਹੇ ਹਾਂ ਦੇਵ ਨਾਲ। ਦੇਵ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਤੁਹਾਡਾ ਵੀ ਸਵਾਗਤ ਹੈ ਜੀ, ਪੰਜਾਬ ਦੀ ਸਾਰੀ ਟੀਮ ਦਾ ਸਾਡੇ ਸਲੂਨ 'ਚ ਸਵਾਗਤ। ਸਾਨੂੰ ਦੱਸੋ ਕਿ ਜਿਸ ਤਰੀਕੇ ਨਾਲ ਇਹ ਯੰਗ ਜਿਹੇ ਬੱਚੇ ਨੇ ਔਰ ਇਹ ਸਿੱਖ ਰਹੇ ਨੇ, ਕੀ ਸਕੋਪ ਅੱਜ ਇਸ ਦਾ ਜਿਹੜੀ ਆਪਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਰਵਿਸਿਜ਼ ਇਹਨਾਂ ਨੂੰ ਬੱਚਿਆਂ ਨੂੰ ਅਗਰ ਆ ਲੱਗ ਜਾਂਦਾ ਕੀ ਸਕੋਪ? ਦੇਖੋ ਜੀ, ਹੇਅਰ ਦਾ ਜਿਹੜਾ ਕੋਰਸ ਅਸੀਂ ਕਰਾਉਂਦੇ ਹਾਂ, ਮੇਕਅਪ ਦਾ ਕੋਰਸ ਕਰਾਉਂਦੇ ਹਾਂ, ਸਕਿਨ ਦਾ ਕੋਰਸ ਕਰਾਉਂਦੇ ਹਾਂ, ਇਹਦੇ 'ਚ ਬੱਚੇ ਬਾਹਰ ਜਾ ਕੇ ਵੀ ਕਾਮਯਾਬ ਹੋ ਰਹੇ, ਇੱਥੇ ਆ ਕੇ ਵੀ ਇੱਥੇ ਰਹਿ ਕੇ ਵੀ ਕਰ ਸਕਦੇ। ਮਤਲਬ ਇੰਡੀਆ ਦੇ ਅੰਦਰ ਵੀ ਅੱਛਾ ਸਕੋਪ ਹੈ ਕਿ ਅੱਛਾ ਸਲੂਨ ਖੋਲ ਸਕਦੇ, ਅੱਛੀ ਸੈਲਰੀਜ ਲੈ ਰਹੇ ਹਾਂ, 30-40,000 ਰੁਪਇਆਂ ਦੀ ਸੈਲਰੀ ਮਿਲ ਰਹੀ ਬੱਚਿਆਂ ਨੂੰ, ਸਟਾਰਟਿੰਗ 10,000 ਸਟਾਰਟਿੰਗ ਸੈਲਰੀ ਮਿਲ ਰਹੀ ਇਸ ਕੋਰਸ ਦੇ ਅੰਦਰ, ਔਰ ਬਾਹਰ ਜਿਹੜੇ ਬੱਚੇ ਜਾ ਰਹੇ ਉਹਨਾਂ ਦੇ ਵਿੱਚ ਅੱਛਾ ਮਤਲਬ ਉੱਥੇ ਵੀ ਕੰਮ ਕਰ ਸਕਦੇ। ਦੇਵ ਜੀ, ਤੁਹਾਡੀ ਇਹ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਹੈਗੀ ਆ, ਕਿਵੇਂ ਹੋਈ ਔਰ ਕਿਵੇਂ ਅੱਜ ਅਸੀਂ ਦੇਖ ਸਕਦੇ ਹਾਂ ਕਿ ਇਹ ਮੋਗਾ ਦਾ ਜਿਹੜਾ ਬਿਲਕੁਲ ਹਾਰਟ ਆਫ ਮੋਗਾ ਹੈਗਾ, ਇੱਕ ਨੰਬਰ ਸਟਰੀਟ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਇਹ ਸ਼ੋਰੂਮ ਜਿਹੜਾ ਹੈਗਾ ਸਲੂਨ ਸੈਂਟਰ ਜਿਹੜਾ ਖੋਲਿਆ? ਦੇਖੋ, ਇੱਥੋਂ ਤੱਕ ਪਹੁੰਚਣ ਲਈ ਬਹੁਤ ਮਿਹਨਤ ਕੀਤੀ ਹੈ। ਅਸੀਂ ਦੋ ਬ੍ਰਦਰ ਸੀ, ਬੜਾ ਬ੍ਰਦਰ ਸੀਗਾ ਜਿਹੜਾ, ਉਹਨਾਂ ਨੇ ਇਹ ਸ਼ੁਰੂਆਤ ਕੀਤੀ ਸੀ ਬੜੀ ਅੱਛੀ। 5-6 ਸਾਲ ਮੈਨੂੰ ਕੋਰਸ ਕੰਮ ਕਰਦੇ ਨੇ ਹੋਵੇ, ਔਰ ਬਹੁਤ ਅੱਛਾ ਸਾਡਾ ਜਿਹੜਾ ਕਿ ਬੜੀ ਮਿਹਨਤ ਲੱਗੀ ਇੱਥੋਂ ਤੱਕ ਪਹੁੰਚਣ ਲਈ। ਅੱਜ ਵੀ ਅਸੀਂ ਮੈਂ ਮਿਹਨਤ ਕਰ ਰਿਹਾ ਇਸ ਨੂੰ ਹੋਰ ਲੈ ਕੇ ਜਾਣ ਲਈ, ਕਿ ਸਾਡੀ ਹੋਰ ਬ੍ਰਾਂਚਿਸ ਹੋਣ, ਹੋਰ ਸਾਡਾ ਨਾਮ ਹੋਵੇ ਸਲੂਨ ਦਾ, ਅਤੇ ਜਿਹੜੇ ਬੱਚੇ ਕਲਾਇੰਟ ਆ ਰਹੇ ਉਹਨਾਂ ਨੂੰ ਅੱਛੀ ਸਰਵਿਸਿਜ਼ ਮਿਲ ਸਕਣ ਮੌਕੇ 'ਚ, ਔਰ ਜੋ ਸਟੂਡੈਂਟ ਆ ਰਹੇ ਉਹਨਾਂ ਨੂੰ ਅੱਛਾ ਉਹਨਾਂ ਦਾ ਜਿਹੜਾ ਅੱਗੇ ਦੀ ਜੋ ਲਾਈਫ ਉਹਨਾਂ ਦੀ ਅੱਛੀ ਹੋਵੇ। ਮਤਲਬ ਅਸੀਂ ਇਹ ਸੋਚੀਏ ਕਿ ਉਸ ਬ੍ਰਦਰ ਨੂੰ ਜਿਹੜਾ ਵਿਛੜਿਆ ਤੁਹਾਡੇ ਤੋਂ, ਉਹਨੂੰ ਸ਼ਰਧਾਂਜਲੀ ਹੈ ਇੱਕ ਤਰ੍ਹਾਂ ਦੀ, ਕਿ ਅਸੀਂ ਆਪਣੇ ਨਾਮ ਨੂੰ ਇੰਨਾ ਉੱਚਾ ਲੈ ਕੇ ਜਾਵਾਂਗੇ ਕਿ ਉਹ ਦੇ ਬ੍ਰਦਰਸ ਦੇ ਜਿਹੜੇ ਹੈਗੇ ਆ ਉਹ ਇੱਕ ਬ੍ਰਾਂਡ ਬਣ ਜੂਗਾ। ਹਾਂਜੀ ਬਿਲਕੁਲ, ਕਿਉਂਕਿ ਸ਼ੁਰੂਆਤ ਉਹਦੀ ਕੀਤੀ ਹੋਈ ਆ, ਉਹਦੇ ਸੁਪਨੇ ਸੀ ਬੜੇ ਅੱਛੇ ਸੁਪਨੇ ਸੀਗੇ ਕਿ ਇਸ ਨਾਮ ਨੂੰ ਅਸੀਂ ਬਹੁਤ ਉੱਪਰ ਲੈ ਕੇ ਜਾਈਏ, ਔਰ ਸਾਡੇ ਬਹੁਤ ਸਾਰੇ ਬ੍ਰਾਂਚਿਸ ਹੋਣ, ਸਾਡੇ ਅਕੈਡਮੀਜ਼ ਹੋਣ, ਬਹੁਤ ਸਾਰੇ ਸਲੂਨ ਹੋਣ, ਅਤੇ ਪਰ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਹੈਗਾ, ਪਰ ਇਸ ਨੂੰ ਮੈਂ ਅੱਗੇ ਲੈ ਕੇ ਜਾ ਰਿਹਾ। ਔਰ ਜਿਸ ਤਰੀਕੇ ਦਾ ਪ੍ਰੋਫੈਸ਼ਨਲ ਸਟਾਫ ਹੈਗਾ ਤੁਹਾਡਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਟਾਫ ਦਾ? ਦੇਖੋ, ਸਟਾਫ ਬੜਾ ਅੱਛਾ, ਫਰੈਂਡਲੀ ਹੈ, ਬਹੁਤ ਅੱਛਾ ਸਟਾਫ ਹੈ ਮੇਰੇ, ਐਜ਼ ਏ ਜਿੱਦਾਂ ਕਿ ਫੈਮਿਲੀ ਮੈਂਬਰ ਨੂੰ ਉਹਨਾਂ ਨੂੰ ਲੱਗਦਾ ਹੈ, ਕਿਸੇ ਚੀਜ਼ ਦੀ ਉਹਨਾਂ ਨੂੰ ਹਰ ਚੀਜ਼ ਉਹਨਾਂ ਦੀ ਪ੍ਰੋਬਲਮ ਕੋਈ ਨਹੀਂ ਹੈ ਉਹਨਾਂ ਨੂੰ, ਮਤਲਬ ਜੋ ਵੀ ਸਲੂਨ ਦੇ ਅੰਦਰ ਜਿੰਨਾ ਕੰਮ ਕਰੇ ਵਰਕਰਸ, ਅਤੇ ਬਹੁਤ ਅੱਛਾ, ਮਤਲਬ ਉਹ ਹਰ ਬੰਦਾ ਆਪਣਾ ਅੱਛਾ ਕੰਮ ਕਰ ਰਿਹਾ, ਜੋ ਮੈਂ ਆਪਣਾ ਹੇਅਰ ਡਰੈਸਰ ਹੈ, ਸਟਾਈਲਿਸ ਹੈ, ਮੇਕਅਪ ਆਰਟਿਸਟ ਹੈ, ਆਪਣਾ ਪੂਰੀ ਤਨਦੇਹੀ ਨਾਲ ਮਤਲਬ ਸਲੂਨ ਨੂੰ ਦੇ ਰਹੇ ਹਾਂ। ਹਮਾਰੇ ਸੈਲੂਨ ਮੈਂ ਜੈਸੇ ਸਕਿਨ ਕੀ ਟ੍ਰੀਟਮੈਂਟਸ ਹੈ, ਸਕਿਨ ਕੀ ਪ੍ਰੋਬਲਮਸ ਹੈ, ਕਿਸੇ ਕੋ ਬਲੈਮਿਸ਼ਿਜ਼ ਹੋ ਰਹੀ ਹੈ, ਲੇਡੀਜ਼ ਕੋ ਜੋ ਮੋਸਟਲੀ ਪ੍ਰੋਬਲਮ ਹੋ ਰਹੀ ਹੈ, ਕਿਸੇ ਕੋ ਜੈਸੇ ਟੀਨਏਜਰਸ ਹੋਤੇ ਹੈ ਉਨਮੇ ਜ਼ਿਆਦਾ ਪ੍ਰੋਬਲਮਸ ਆਤੀ ਹੈ ਕਿ ਐਕਨੇ ਹੋ ਜਾਤੇ ਹੈ ਬੱਚੋਂ ਕੇ, ਔਰ ਲੇਡੀਜ਼ ਕੋ ਯੇ ਹੋਤਾ ਹੈ ਕਿ ਆਫਟਰ ਪ੍ਰੈਗਨੈਂਸੀ ਬਲੈਮਿਸ਼ਿਜ਼ ਹੋ ਜਾਤੀ ਹੈ, ਔਰ ਏਜ ਕੀ ਪ੍ਰੋਬਲਮ ਹੋਤੀ ਹੈ, ਏਜ ਕੇ ਪ੍ਰੋਬਲਮ ਸੇ ਜੈਸੇ ਕਈਯੋਂ ਕੀ ਝੁਰੀਆਂ ਆ ਜਾਤੀ ਹੈ, ਵੋ ਸਾਰੀ ਪ੍ਰੋਬਲਮਸ ਕੀ ਹਮਾਰੇ ਪਾਸ ਟ੍ਰੀਟਮੈਂਟਸ ਹੈ ਸਕਿਨ ਕੇ ਅਕੋਰਡਿੰਗ, ਔਰ ਜੈਸੇ ਬ੍ਰਾਈਡਲ ਮੇਕਅਪ ਹੋਤਾ ਹੈ ਉਸਸੇ ਪਹਿਲੇ ਜੋ ਵੀ ਸਰਵਿਸਿਜ ਦੀ ਜਾਤੀ ਹੈ ਸਕਿਨ ਕੀ ਬਾਡੀ ਕੀ, ਜੋ ਸਭ ਕੁਛ ਹਮਾਰੇ ਯਹਾਂ ਪ੍ਰੋਵਾਈਡ ਹੈ। ਦੇਵ ਬ੍ਰਦਰਸ ਸਲੂਨ ਕੇ ਅੰਦਰ ਜੋ ਹੇਅਰ ਕੀ ਜੋ ਸਰਵਿਸਿਜ਼ ਹੈ ਹਮਾਰੀ, ਉਸਮੇ ਹਾਈਲਾਈਟਿੰਗ ਸਰਵਿਸਿਜ਼ ਜੈਸੇ ਕੈਰੇਟਿਨ ਟ੍ਰੀਟਮੈਂਟ ਜੋ ਅੱਜ ਕੱਲ੍ਹ ਚੱਲ ਰਹੇ ਹਨ, ਸਮੂਥਨਿੰਗ, ਰਿਬੋਂਡਿੰਗ ਜੋ ਹਮ ਪਹਿਲੇ ਸੇ ਕਰਤੇ ਆ ਰਹੇ ਥੇ, ਜੋ ਅੱਜ ਕੱਲ੍ਹ ਜੋ ਨਿਊ ਟ੍ਰੈਂਡ ਹੈ ਜੋ ਕੈਰੇਟਿਨ ਟ੍ਰੀਟਮੈਂਟ ਕਾ, ਹਾਈਲਾਈਟਿੰਗ ਕੇ ਜੋ ਨਿਊ ਟ੍ਰੈਂਡ ਹੈ, ਉਹ ਸਭ ਹਮ ਸਲੂਨ ਕੇ ਅੰਦਰ ਯਹਾਂ ਪੇ ਕਸਟਮਰ ਕੋ ਕਰਤੇ ਹੈ, ਔਰ ਅੱਛਾ ਮਤਲਬ ਹਮਾਰਾ ਇਹ ਚੀਜ਼ ਜਾ ਰਹੀ ਹੈ। ਜੋ ਹਮਾਰੇ ਕਲਾਇੰਟਿਜ਼ ਹੈ ਉਹ ਜ਼ਿਆਦਾਤਰ ਕਲਾਇੰਟਿਜ਼ ਹਮਾਰੇ ਫੋਰਨਰਸ ਕਲਾਇੰਟ ਹੈ, ਜੋ ਵਿਲੇਜ ਕੇ ਕਲਾਇੰਟ ਬਹੁਤ ਅੱਛੇ ਕਲਾਇੰਟ ਹਮਾਰੇ ਪਾਸ, 4-5 ਸਾਲ ਹੋ ਗਏ ਮੁਝੇ ਇਸ ਫੀਲਡ ਕੇ ਅੰਦਰ, ਔਰ ਮੈਂ ਬਹੁਤ ਅੱਛੀ ਹਮ ਯਹਾਂ ਪੇ ਸਰਵਿਸ ਦੇ ਬ੍ਰੋਸ ਕੇ ਅੰਦਰ ਦੇ ਰਹੇ ਹਾਂ। ਜੋ ਹਮਾਰੇ ਅਕੈਡਮੀ ਕਾ ਪਾਰਟ ਹੈ ਉਸਕੇ ਅੰਦਰ ਜੋ ਬੱਚੇ ਬਾਹਰ ਜਾ ਰਹੇ ਹੈ, ਔਰ ਕੁਛ ਬੱਚੇ ਜੋ ਯਹਾਂ ਪੇ ਵੀ ਕਰ ਰਹੇ ਹੈ, ਅੱਛੇ ਸਲੂਨ ਚਲਾ ਰਹੇ, ਜੋ ਯਹਾਂ ਸੇ ਸੀਖ ਕੇ ਗਏ ਹੋਏ, ਅੱਛੀ ਸੈਲਰੀ ਲੈ ਕੇ ਜੋਬ ਕਰ ਰਹੇ ਹੈ, ਤੋ ਯਹਾਂ ਸੇ ਮਤਲਬ ਅੱਛੀ ਜੋ ਬਾਹਰ ਕੇ ਵੀ ਜੋ ਹਮਾਰੇ ਸਰਟੀਫਿਕੇਟ ਉਹ ਅਵੈਲਿਡ ਹੈ, ਬਾਹਰ ਬੱਚੇ ਜਾਣੇ ਚਾਹਤੇ ਜੀ। ਤੋ ਹਰ ਫੈਸਟੀਵਲ ਦੇ ਅੰਦਰ ਅਸੀਂ ਜੋ ਵੀ ਫੈਸਟੀਵਲ ਆਉਂਦੇ ਉਹਦੇ 'ਚ ਅਸੀਂ ਹਰ ਫੈਸਟੀਵਲ ਦੇ ਵਿੱਚ ਪੈਕੇਜ ਨਿਕਾਲਦੇ, ਰਕਸ਼ਾ ਬੰਧਨ ਹੋ ਗਿਆ, ਕਰਵਾ ਚੌਥ ਹੋ ਗਈ, ਹੋਰ ਫੈਸਟੀਵਲ ਜੋ ਵੀ ਆਉਂਦੇ ਆ ਉਹਦੇ 'ਤੇ ਹਰ ਫੈਸਟੀਵਲ 'ਤੇ ਅਸੀਂ ਹਰ ਤਰ੍ਹਾਂ ਦੇ ਪੈਕੇਜ ਕਲਾਇੰਟ ਨੂੰ ਦਿੰਦੇ, ਜੋ ਸਾਡੇ ਕਲਾਇੰਟਸ ਨਾਲ ਜੁੜੇ ਰਹਿੰਦੇ ਬ੍ਰੋਸ ਸਲੂਨ ਦੇ ਨਾਲ, ਕਿ ਸਾਡੇ ਹਰ ਟਾਈਮ ਸਰਵਿਸਿਸ ਦਿੰਦੇ ਰਹਿੰਦੇ ਪੈਕੇਜ ਵਗੈਰਾ। ਤੋ ਬ੍ਰਾਈਡਲ ਦਾ ਸਰ ਮੇਕਅਪ ਦਾ ਜੋ ਆਉਂਦਾ ਪਾਰਟ, ਸਾਡਾ ਜਿਹੜੇ ਮੇਕਅਪ ਆਰਟਿਸਟ ਹੈ ਸਾਡੇ ਬਹੁਤ ਅੱਛੇ ਆ, ਬਹੁਤ ਅੱਛੇ ਉਹਨਾਂ ਨੇ ਕੋਰਸ ਕੀਤੇ ਹੋਏ ਆ, ਬਹੁਤ ਅੱਛੇ ਉਹਨਾਂ ਨੂੰ ਨੌਲੇਜ ਹੈ, ਬਹੁਤ ਅੱਛੇ ਅਸੀਂ ਪ੍ਰੋਡਕਟ ਯੂਜ਼ ਕਰਦੇ, HD ਪ੍ਰੋਡਕਟ ਯੂਜ਼ ਕਰਦੇ, ਏਅਰ ਬ੍ਰਸ਼ ਗਨ ਮੇਕਅਪ ਯੂਜ਼ ਕਰਦੇ ਹਾਂ, ਔਰ ਜੋ ਸਾਡੇ ਬਹੁਤ ਅੱਛੇ ਮਤਲਬ ਬ੍ਰਾਈਡਲ ਮੇਕਅਪ ਦੇ ਇੰਗੇਜਮੈਂਟ ਮੇਕਅਪ ਸਾਡੇ ਕੋਲ ਬਹੁਤ ਅੱਛਾ, ਇਸ ਚੀਜ਼ ਦਾ ਸਾਡੇ ਸਲੂਨ ਦਾ ਨਾਮ ਹੈ ਸ਼ਹਿਰ ਦੇ ਅੰਦਰ। ਹਾਂਜੀ ਸਰ, ਜੋ ਸਟਾਫ ਹੈ ਬੜਾ ਫਰੈਂਡਲੀ ਹੈ, ਔਰ ਫੈਮਿਲੀ ਵਾਂਗੂ ਰਹਿੰਦਾ ਸਟਾਫ, ਬੜਾ ਅੱਛਾ ਹੈ। ਤੋ ਔਰ ਇਹ ਕੀ ਮਤਲਬ ਜਿਹੜਾ ਸਟਾਫ ਦੀ ਜਿਹੜੀ ਕਾਉਂਸਲਿੰਗ ਦੀ ਜਿਹੜੀ ਸਾਡੀ ਕਲਾਸਿਸ ਲੱਗਦੀ ਰਹਿੰਦੀ, ਸਾਡੀ ਕੰਪਨੀ ਦੇ ਜਿਹੜੇ ਜਿਸ ਕੰਪਨੀ ਨਾਲ ਅਸੀਂ ਜੁੜੇ ਹੋਏ ਹਾਂ, ਜਿਹੜੇ ਬ੍ਰਾਂਡ ਯੂਜ਼ ਕਰ ਰਹੇ, ਉਹ ਵੀ ਸਾਡੀ ਜਿਹੜੇ ਸਟਾਫ ਦੀ ਕਲਾਸਿਸ ਦਿੰਦੇ ਰਹਿੰਦੇ ਆ ਟਾਈਮ ਟੂ ਟਾਈਮ, ਜਿਹੜੇ ਵੀ ਅਸੀਂ ਪ੍ਰੋਡਕਟ ਸਕਿਨ ਦਾ ਜਾਂ ਮੇਕਅਪ ਦਾ ਜਾਂ ਹੇਅਰ ਦਾ ਜੋ ਵੀ ਯੂਜ਼ ਕਰ ਰਹੇ ਉਹਨਾਂ ਦੀ ਕਲਾਸਿਸ
ਇੰਸਟਾਗ੍ਰਾਮ ਪੇਜ ਹੈ ਦੇਵ ਬ੍ਰੋਸ ਦਾ, ਫੇਸਬੁੱਕ 'ਤੇ ਪੇਜ ਹੈ ਦੇਵ ਬ੍ਰੋਸ ਦਾ, ਅਤੇ ਉਸ 'ਤੇ ਜੋ ਵੀ ਅਸੀਂ ਸਰਵਿਸਿਜ਼ ਕਰਦੇ ਹਾਂ, ਮਤਲਬ ਜੋ ਹੇਅਰ ਦੀ ਜਾਂ ਕੋਈ ਮੇਕਅਪ ਦੀ ਸਾਡੀ ਪਿਕਸ ਅਸੀਂ ਉੱਥੇ ਉਹਦੇ 'ਤੇ ਕਰਦੇ ਹਾਂ, ਅਤੇ ਲੋਕ ਦੇਖਦੇ ਆ ਅੱਛਾ, ਉਹ ਲਾਈਕਸ ਕਰਦੇ, ਲੋਕ ਉਹਨਾਂ ਨੂੰ ਫੋਲੋ ਕਰਦੇ ਸਾਨੂੰ, ਔਰ ਅਸੀਂ ਜੋ ਵੀ ਅੱਜ ਕੱਲ੍ਹ ਜੋ ਟਰੈਂਡ ਦੇ ਹਿਸਾਬ ਨਾਲ ਚੱਲਦੇ ਹਾਂ, ਮਤਲਬ ਮੇਕਅਪ ਦਾ ਉਹ ਜੋ ਟਰੈਂਡ ਚੱਲਦਾ, ਹੇਅਰ ਸਟਾਈਲਿੰਗ ਜੋ ਟਰੈਂਡ ਚੱਲਦਾ, ਕਲਰ ਦੇ ਅੰਦਰ ਜੋ ਵੀ ਸਰਵਿਸਿਜ਼ ਹੇਅਰ ਦੀਆਂ ਉਹਦੇ 'ਚ ਟਰੈਂਡ ਦੇ ਹਿਸਾਬ ਨਾਲ ਚੱਲਦੇ ਆ। ਐਨਆਰਆਈ ਜੁੜਨ ਦਾ ਕਾਰਨ ਹੈ ਸਰ, ਇੱਕ ਅੱਛੇ ਪ੍ਰੋਡਕਟ ਯੂਜ਼ ਕਰਦੇ, ਇੱਕ ਉਹਨਾਂ ਦਾ ਵਿਸ਼ਵਾਸ ਬਣਿਆ ਹੋਇਆ ਕਿ ਇਹਨਾਂ ਦੇ ਸਰਵਿਸ 'ਚ ਹੀ ਹੈ, ਰੇਟ ਬਿਲਕੁਲ ਜਾਇਜ਼ ਆ, ਔਰ ਪ੍ਰੋਡਕਟ ਬਹੁਤ ਅੱਛੇ ਯੂਜ਼ ਕਰਦੇ, ਇਸ ਕਰਕੇ ਐਨਆਰਆਈ ਜਿਹੜੇ ਕਲਾਇੰਟ ਆ ਉਹ ਬਹੁਤ ਜ਼ਿਆਦਾ ਜੁੜਿਆ। ਉਹ ਅੱਗੇ ਤੋਂ ਅੱਗੇ ਇੱਕ ਦੂਸਰੇ ਨੂੰ ਦੱਸਦੇ ਕਿ ਤੁਸੀਂ ਦੇਵ ਬ੍ਰੋਸ ਜਾਓ, ਜਦੋਂ ਬਾਹਰ ਵੀ ਜਾਂਦੇ ਕਿਸੇ ਨੂੰ ਆਪਣੇ ਨੌਨ 'ਚ ਦੱਸਦੇ ਆ ਕਿ ਜਦੋਂ ਵੀ ਤੁਸੀਂ ਇੰਡੀਆ ਦੇ ਅੰਦਰ ਆਓ, ਤੁਸੀਂ ਦੇਵ ਬ੍ਰੋਸ ਸਲੋਨ ਦੇ ਅੰਦਰ ਜਾ ਕੇ ਆਪਣਾ ਵਰਕ ਕਰਾਓ, ਕਿਉਂਕਿ ਇਹਨਾਂ ਦੇ ਸਰਵਿਸਿਜ਼ ਬਹੁਤ ਅੱਛੇ, ਉਹਨਾਂ ਦੇ ਪ੍ਰੋਡਕਟ ਓਰੀਜਨਲ ਪ੍ਰੋਡਕਟ ਯੂਜ਼ ਕਰਦੇ, ਬਹੁਤ ਅੱਛੇ ਪ੍ਰੋਡਕਟ। ਅਸੀਂ ਬਹੁਤ ਅੱਛੇ ਜਿਹੜੇ ਟੂਲਸ ਯੂਜ਼ ਕਰਦੇ, ਬਹੁਤ ਸਫਾਈ ਨਾਲ ਹਾਈਜੀਨਿਕ ਟੂਲਸ ਯੂਜ਼ ਕਰਦੇ ਹਾਂ, ਬੜਾ ਅੱਛਾ ਜਿਹੜਾ ਸਟਾਫ ਹੈ, ਜੈਂਟਸ ਸਟਾਫ ਬੜਾ ਅੱਛਾ ਹੈ ਸਾਡੇ ਕੋਲ, ਜਿਹੜੇ ਫੋਰਨਰਸ ਕਲਾਇੰਟ ਬਹੁਤ ਅੱਛੇ, ਲੜਕੇ ਬੋਇਜ਼ ਜਿਹੜੇ ਵਿਲੇਜ ਦੇ ਕਲਾਇੰਟ ਜਿਹੜੇ ਬੜੇ ਅੱਛੇ ਕਲਾਇੰਟ ਉਹ ਲੱਗੇ ਹੋਏ ਸਾਡੇ, ਕਿਉਂਕਿ ਸਾਡਾ ਜਿਹੜਾ ਜੈਂਟਸ ਸਟਾਫ ਵੀ ਬਹੁਤ ਅੱਛਾ ਹੈ। ਮੈਂ ਸਾਰੇ ਜਿੰਨੇ ਵੀ ਦੇਖ ਰਹੇ ਸਾਰਿਆਂ ਨੂੰ ਮੈਸੇਜ ਕਰਨ, ਇਹੀ ਮੈਸੇਜ ਦੇਣਾ ਚਾਹੁੰਦਾ ਕਿ ਮਤਲਬ ਤੁਸੀਂ ਸਾਡੇ ਕੋਲ ਸਲੋਨ 'ਤੇ ਮਤਲਬ ਸਾਡੇ ਕੋਲ ਸਰਵਿਸ ਲੈਂਦੇ ਰਹੋ, ਅਸੀਂ ਸਾਨੂੰ ਬੜੀ ਖੁਸ਼ੀ ਹੁੰਦੀ ਕਿ ਸਾਡੇ ਜਿਹੜੇ ਕਲਾਇੰਟ ਐਜ਼ ਏ ਕਲਾਇੰਟ ਰਹਿੰਦਾ, ਐਜ਼ ਏ ਫੈਮਿਲੀ ਮੈਂਬਰ ਬਣ ਜਾਂਦਾ, ਜੋ ਸਾਡੇ ਕੋਲ ਫਸਟ ਟਾਈਮ ਕਲਾਇੰਟ ਆਉਂਦਾ ਉਹ ਐਜ਼ ਏ ਕਲਾਇੰਟ ਬਣ ਕੇ ਆਉਂਦਾ, ਪਰ ਜਦੋਂ ਨੈਕਸਟ ਟਾਈਮ ਆਉਂਦਾ ਉਹ ਫੈਮਿਲੀ ਮੈਂਬਰ ਬਣ ਜਾਂਦਾ। ਅਸੀਂ ਸਾਡੇ ਨਾਲ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਕਲਾਇੰਟ ਜੁੜੇ ਹੋਏ ਆ, ਫੋਰਨਰਸ ਵੀ, ਲੋਕਲ ਵੀ, ਮੋਗਾ ਦੇ ਕਲਾਇੰਟਸ, ਵਿਲੇਜ ਦੇ ਆਸ ਪਾਸ ਦੇ ਕਲਾਇੰਟਸ ਵੀ, ਬਹੁਤ ਅੱਛੀ ਜਿਹੜੀ ਸਾਰੇ ਏਰੀਏ ਦੇ ਕਲਾਇੰਟਸ, ਬਹੁਤ ਅੱਛਾ ਸਾਡੇ ਨਾਲ ਇੱਕ ਫੈਮਿਲੀ ਮੈਂਬਰ ਹੋਊਗਾ ਸਾਡੇ ਕੋਲ ਆਉਂਦੇ ਆ ਕੰਮ ਕਰਨ।